ਪਿੰਡ ਹਾਮ ਚਿੜੀ ਦੇ ਰਹਿਣ ਵਾਲੇ ਫੌਜ ਵਿੱਚ ਡਿਊਟੀ ਕਰਦੇ ਇੱਕ ਫੌਜੀ ਦੇ ਪਿਤਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਸੱਟਾ ਮਾਰੇ ਜਾਣ 'ਤੇ ਕੋਈ ਵੀ ਕਾਰਵਾਈ ਨਾ ਕਰਨ 'ਤੇ ਪੁਲਿਸ 'ਤੇ ਦੋਸ਼ ਲਗਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੜਕ 'ਤੇ ਧਰਨਾ ਦੇ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ ਅਤੇ ਮਾਰਨ ਵਾਲਿਆਂ 'ਤੇ ਨਸ਼ੇ ਵੇਚਣ ਦੇ ਦੋਸ਼ ਲਾਏ। ਉੱਥੇ ਹੀ ਪੁਲਿਸ 'ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਾਏ ਹਨ। ਇਸ ਮੌਕੇ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਅੱਜ ਜੀ ਮੇਰੇ ਚਾਚੇ ਨੂੰ ਚਾਕੇ ਲੈ ਗਏ ਜੀ, ਮੇਰਾ ਚਾਚਾ ਮਾਰਤਾ ਜੀ, ਮੇਗਾ ਸਿੰਘ ਨਾਮ ਸੀ ਜੀ ਉਹਦਾ। ਉਹਦੇ ਅੱਜ ਤੋਂ 20 ਦਿਨ ਪਹਿਲਾਂ ਉਹਦੇ ਸੱਟਾਂ ਮਾਰੀਆਂ ਪਹਿਲਾਂ। ਅੱਜ ਕੋਈ ਲੜਾਈ ਹੁੰਦੀ ਉਹਨੂੰ ਜਾਂਦੇ ਨੂੰ ਚੱਕ ਕੇ ਲੈ ਗਏ, ਬਾਦਲ ਕੱਢ ਲਵੇ ਡੇਗ ਕੇ ਮਾਰ ਕੇ। ਪੁਲਿਸ ਕੁਛ ਵੀ ਨਹੀਂ ਕਰ ਰਹੀ, ਬੰਦੇ ਇੱਕ ਵਾਰ ਪਹਿਲਾਂ ਵੀ ਨਹੀਂ ਫੜੇ ਨਾ ਹੁਣ ਫੜੇ। ਅਸੀਂ ਤਾਂ ਮੰਗ ਕਰਦੇ ਆ ਸਰਕਾਰ ਕੇ ਕੋਲੋਂ, ਤੂੰ ਡਰ ਜਾ ਉਹ ਟਲੇ ਰਿਹਾ ਫਿਰ ਮਹੀਨਾ ਤੂੰ 6 ਮਹੀਨੇ ਉਹਨੂੰ ਅੰਦਰ ਬੜੇ ਨੂੰ ਅੱਜ ਗਿਆ ਦੀ ਕੰਮ ਅੱਜ ਜਾ ਕੇ ਉੱਥੇ ਫਿਰ ਮਾਰਤਾ ਕਈ ਵਾਰੀ ਚੱਕਰ ਜਾ ਕੇ ਨਾਸੇ ਲੈ ਕੇ ਬਾਹਰ ਅੱਗੇ ਖੜਕਾ ਕੇ ਇਹਨੂੰ ਖੜਕਾਉਂਦੇ ਨੇ ਬਾਹਰ ਅੱਗੇ ਜਾ ਕੇ ਦੋ ਮਾਤੇ ਹੁਣ ਕੀ ਜੀ ਕੌਲ ਕਰ ਰਹੇ ਪੁਲਿਸ ਵਾਲੇ ਕੰਮ ਨਹੀਂ ਕਰਦੇ, ਮੈਂ ਜ਼ੋਰ ਲਾ ਰਹੇ ਪੁਲਿਸ ਵਾਲੇ ਫੜਦੇ ਨੂੰ ਖੜ ਕੋਈ ਬੰਦਾ ਜੀ ਪਹਿਲਾਂ ਤੇਰੇ ਲੁੱਟ ਲੈ ਕਦੇ ਕੋਈ ਲੁੱਟ ਲੈ ਕੇ ਪੈਸੇ ਲੁੱਟ ਕਿਸੇ ਐਂ ਕਰਦਾ ਫਿਰ ਜਾਂਦਾ। ਮੈਂ ਹਮ ਚੜੀ ਕੇ ਰਹਿਣ ਵਾਲੀ ਹਾਂ ਜੀ, ਕੰਮ ਕਾਜ ਕਰਦੇ। ਸੁਨੀਤਾ ਰਾਣੀ ਹੈ ਜੀ ਮੇਰਾ ਨਾਮ, ਮੇਗਾ ਸਿੰਘ ਘਰ ਵਾਲੀ ਆ ਸੁਨੀਤਾ ਰਾਣੀ। ਹਾਂ ਚੜੀ ਹੈ ਜੀ ਮੈਟਰ ਸਰ, ਮੇਰੀ ਕੋਈ ਲੜਾਈ ਨਹੀਂ, ਮੇਰੇ ਨਾਲ ਕੋਈ ਦੰਗਾ ਨਹੀਂ ਤਾ ਇਹਨਾਂ ਕਾ, ਪੰਚਾਇਤੀ ਜ਼ਮੀਨ ਕਾ ਪੰਚਾਇਤ ਨਾਲ ਰੋਲਾ ਤਾ, ਮੇਰਾ ਕੋਈ ਰੋਲਾ ਨਹੀਂ, ਮੇਰਾ ਤਾਂ ਘਰ ਨਾਲ ਲੱਗੇ ਤਾ ਇਹਨਾਂ ਨੇ। ਮੇਰੇ ਨਾਲ ਕਈ ਵਾਰ ਕੁੱਟਮਾਰ ਕੀਤੀ, ਸਾਰੇ ਪਰਿਵਾਰ ਨਾਲ ਕਈ ਵਾਰ ਕੁੱਟਮਾਰ ਕੀਤੀ, ਕਈ ਵਾਰ ਮੈਂ ਥਾਣੇ 'ਚ ਗਈ, DSP ਲਵਾ ਗਈ, SHO ਲਵਾ ਗਈ, ਮੇਰੀ ਕੋਈ ਸੁਣਵਾਈ ਨਹੀਂ, SSP ਕਾ ਪੇਸ ਹੋਈ, ਕੋਈ ਸੁਣਵਾਈ ਨਹੀਂ ਹੋਈ। ਅਤੇ ਹੁਣ ਇਹ 4 ਮਹੀਨੇ ਦੀ 28 ਤਰੀਕ ਨੇ ਮੈਂ ਵੱਢਤੀ ਤੀ, ਮੇਰਾ ਸਿਰ ਵੱਢਤੀ ਹੈ ਤਾ, ਅਤੇ ਮੇਰਾ ਥੋੜ੍ਹੀ ਢਿੱਡ ਵੀ ਵੱਢਤੀ ਹੈ ਤਾ, ਆ ਮੇਰੀ ਬਾਂਹ ਵੀ ਤੋੜਤੀ ਤੀ, ਅਤੇ ਮੈਂ DGIP ਕਾ ਮੈਂ ਚੰਡੀਗੜ੍ਹ ਵੀ ਪੇਸ ਹੋਈ, ਮੇਰਾ ਮੁੰਡਾ ਫੌਜੀ ਹੈ ਇੱਕ, ਇਕੱਲਾ ਉਹ ਫੌਜ 'ਚ ਹੈ, ਮੇਰੀ ਫਿਰ ਵੀ ਨਹੀਂ ਸੁਣਵਾਈ ਹੋਈ, ਮੇਰੇ ਬੰਦੇ ਕਾ ਵੀ ਸਿਰ ਪਾੜਦੀ ਹੈ ਤਾ, ਮੇਰੇ ਬੰਦੇ ਕੀ ਲੱਤ ਵੀ ਤੋੜਦੀ ਤੀ, ਬਾਂਹ ਵੀ ਤੋੜਦੀ ਤੀ, ਮਾਰੀ 1 ਮਹੀਨਾ ਹੋਇਆ ਸਰ, 2 ਮਹੀਨੇ ਹੋਏ ਹੈ, ਪੁਲਿਸ ਨੇ ਮੇਰੀ ਸੁਣਵਾਈ ਨਹੀਂ ਕੀਤੀ, ਕੋਈ ਮੇਰਾ ਪਰਚਾ ਨਹੀਂ ਬੰਨਿਆ, ਕੋਈ ਪੁਲਿਸ ਨਹੀਂ ਪਕੜਨਾ ਆਈ ਇਹਨਾਂ ਨੂੰ। ਅੱਜ ਇਹਨੂੰ ਫੋਨ ਕਰਕੇ ਬੁਲਾਇਆ ਭੁਲੇਖੇ ਨਾਲ ਘਰੋਂ, ਦਵਿੰਦਰ ਨੇ ਅਣਪਛੇਤੇ ਬੰਦੇ ਬਾਹਰ ਕੇ ਉਹਨਾਂ ਨੇ ਵੀ ਤੇਰੇ ਤੜਕੀ ਕੇ ਮਾਰਨ ਪੈ ਰਹੇ ਤੇ ਜੀਤ ਮੂਥਰੂ, ਜੀਤ ਸਿੰਘ, ਜੀਤ ਕਾ ਮੁੰਡਾ ਦਵਿੰਦਰ, ਔਰ ਇੱਕ ਨਾਲ ਮੁੰਡਾ ਰਿਹਾ ਹੋਊਗਾ, 2-3 ਜਣਾ ਅਣਫੜ ਛੇਤੇ ਹੈ, ਇਹਨਾਂ ਨੇ ਭੜੇਖੇ ਨਾਲ ਫੋਨ ਕਰਿਆ ਕਿ ਤੂੰ ਆ ਜਾ ਵੀ ਤੇਰੀ ਮਦਦ ਕਰਾਂਗੇ, ਤੂੰ ਆ ਉੱਥੇ ਆ ਕੇ ਮਿਲ ਲੈ ਬਾਦਲਗੜ੍ਹ ਕਾਣੀ, ਵੀ ਉੱਥੇ ਆ ਜਾ, ਮਾਵੇਂ ਤੇਰੇ ਨਾਲ ਲੱਗਾਂਗੇ ਬੰਦੇ ਹੈ, ਮਾਵੇਂ ਤੇਰੀ ਮਦਦ ਕਰਾਂਗੇ, ਤੂੰ ਆ ਜਾ ਪੈਸੇ ਪੂਸੇ ਲੈ ਕੇ, ਮੋਟਰਸਾਈਕਲ ਲੈ ਕੇ ਮੈਂ ਮੇਰਾ ਘਰ ਵਾਲਾ ਬੜੇਰਾ ਰੋਕਿਆ, ਬੇਚਾਰਾ ਸਿੱਧਰਾ ਦਿਮਾਗ ਕਾ ਤਾ ਆ, ਸਿੱਧਾ ਸਾਦਾ ਤਾਂ ਮੈਂ ਬਹੁਤ ਰੋਕਿਆ ਆ, ਵੀ ਤੂੰ ਜਾ ਨਾ, ਤੂੰ ਭੋਲ ਆਏ ਲੋਕ ਚਲਾ ਕੇ ਤੈਨੂੰ ਮਾਰ ਦੇਣਗੇ, ਨਹੀਂ ਕਹਿੰਦਾ ਇਹ ਤਾਂ ਆਪਣੇ ਬੰਦੇ ਨੇ, ਮੇਰੇ ਇਲਾਵਾ ਨੰਬਰ ਵੀ ਹੈਗਾ ਜਿਹੜਾ ਉਹ ਨੰਬਰ ਆਇਆ, ਨੰਬਰ ਵੀ ਹੈਗਾ ਉਹ, ਅਤੇ ਇਸ ਨੇ ਸੁਣੀ ਨਹੀਂ ਬਸ ਇੰਨੇ 'ਚ, ਘੰਟਾ ਤਾਂ ਹੋਇਆ ਨਹੀਂ, ਘੰਟੇ ਵੀ ਮਗਰੋਂ ਫੋਨ ਆਇਆ, ਗੱਡੀ 'ਚ ਬੰਦੇ ਗਏ ਨੇ, ਇਸ ਨੇ ਦੱਸਿਆ ਮੇਰੇ ਘਰ ਵਾਲੇ ਨੇ, ਜਦੋਂ ਮੈਂ ਪਹੁੰਚੇ ਗੱਡੀ ਲੈ ਕੇ, ਫੋਨ ਆਇਆ ਵੀ ਬੰਦੇ ਗੱਡੀ ਲੈ ਕੇ ਆਏ ਹੋਏ ਤੇ, ਵੀ ਬੰਦਿਆਂ ਨੇ ਗੰਡਾਸਿਆਂ ਨਾਲ ਨਾਲੀਆਂ ਨਾਲ ਔਰ ਸਾਰਾ ਵੱਢ ਮਾਰਿਆ, ਮੇਰੀ ਕੋਈ ਸੁਣਵਾਈ ਨਹੀਂ। ਪਤਲੀ ਉਰੀ ਹੋਏ ਅਸੀਂ ਵੱਲੋਂ ਹਸਪਤਾਲ ਮੇ ਲੈ ਕੇ ਆਏ ਹਾਂ ਜੀ, ਹਾਂਜੀ ਇਨਸਾਫ ਮੰਗ ਰਹੇ ਹਾਂ ਜੀ, ਮੈਂ ਤਾਂ ਮਾਰ ਦਿਆ ਸਾਰਾ ਪਰਿਵਾਰ, ਮੇਰਾ ਬੇਟਾ ਫੌਜੀ ਹੈ, ਕੱਲਾ ਮੁੰਡਾ ਉਹ ਹੀ ਫੌਜ 'ਚ, ਮਾਵੇਂ ਘਰੇ ਮੇਰੀ ਧੀ ਮਟਿਆ ਰਹੇ, ਮੇਰੀ ਧੀ ਨੂੰ ਇੰਨਾ ਮਾੜਾ ਚੰਗਾ ਬੋਲਿਆ, ਇੰਨਾ ਗਲਤ ਬੋਲ ਰਹੀ ਹੈ ਮੇਰੀ ਧੀ ਨੂੰ, ਮੇਰੀ ਧੀ ਵੀ ਭੱਜ ਲਈ ਤੀ, ਮੇਰੀ ਧੀ ਕਾ ਵੀ ਪਿੱਛੇ ਪਏ ਹੈ, ਮੇਰੇ ਵੀ ਪਿੱਛੇ ਪਏ, ਮੇਰੇ ਸਰੇਆਮ ਮੇਰੇ ਕੱਪੜੇ ਪਾੜੇ ਸੜਕ 'ਤੇ, ਸਰੇਆਮ ਮੇਰੀ ਬੇਇੱਜ਼ਤੀ ਕਰੀ ਇਹਨਾਂ ਨੇ, ਖੜਾ ਕੇ ਸਾਰਾ ਪਿੰਡ ਮੈਨੂੰ ਖੜਿਆ ਦੇਖੇਗਾ, ਕਿਸੇ ਕੀ ਹਿੰਮਤ ਨਹੀਂ ਹੋਈ ਛੜਾਉਣ ਕੀ, ਮੇਰੀ ਧੀ ਤੋਂ ਭੱਜ ਕੇ ਲੁੱਕ ਗਈ ਤੀ, ਮਟਿਆਰ ਧੀ ਹੈ ਮੇਰੀ, ਪਰ ਮੈਂ ਥਾਣੇ 'ਚ ਗਈ, ਮੇਰੀ ਥਾਣੇ ਨੇ ਫਿਰ ਵੀ ਨਹੀਂ ਸੁਣੀ, ਪੂਰਾ ਵੀ ਮੇਰੀ ਗੱਲ ਨਹੀਂ ਸੁਣੀ, ਅਫਸਰਾਂ ਕਾ ਪੇਸ ਹੋ ਗਈ, SHO ਕਾ ਪੇਸ ਹੋ ਗਈ, DSP ਕਾ ਵੀ ਪੇਸ ਹੋ ਗਈ। ਅਸੀਂ ਮੋਟਰ 'ਤੇ ਦੀ ਸਾਹਮਣੇ, ਅਸੀਂ ਮੋਟਰ 'ਤੇ ਦੇਖਿਆ ਜਦੋਂ ਬੰਦੇ ਨੂੰ ਕੁੱਟਣ ਲੱਗ ਰਹੇ ਸੀ, ਅਤੇ ਅਸੀਂ 3 ਜਣੇ ਦੀ ਮੋਟਰ 'ਤੇ ਹੀ,
ਮੁੰਡਾ ਜੀ ਜਿਹਨੇ ਠੇਕੇ ਤੇ ਲਿੱਤੀ ਹੁੰਦੀ ਸੀ ਮੋਟਰ, ਅਸੀਂ ਦੇਖਿਆ ਜੀ ਉਹ ਬੰਦੇ ਨੂੰ ਇੱਦਾਂ ਲੋਹੇ ਦੀ ਸਟੀਲ ਦੀ ਤੇ ਇੱਕ ਗੰਡਾਸਾ ਸੀ ਉਹਨਾਂ ਕੋਲੇ, ਮਤਲਬ ਅਸੀਂ ਜਦੋਂ ਦੇਖਿਆ ਜੀ ਅਸੀਂ ਦੇਖਿਆ ਜੀ ਬੰਦੇ ਨੂੰ ਕੁੱਟਣ ਲੱਗ ਰਹੇ ਨੇ, ਅਸੀਂ ਆਉਣ ਦੀ ਕੋਸ਼ਿਸ਼ ਕਰੀ ਬਸ ਦੋ ਤਿੰਨ ਮਾਰੇ ਨੇ ਤੇ ਉਹ ਗੱਡੀ ਲੈ ਕੇ ਰਿਹਾ ਤਾਂ ਭੱਜ ਗਈ। ਹਾਂ ਜੀ ਸਾਡੇ ਆਉਣ ਤੋਂ ਪਹਿਲਾਂ ਭੱਗ ਗਈ। ਉਹ ਇੱਕ ਤਾਂ ਗੱਡੀ 'ਚ ਬੈਠਾ ਜੀ ਡਰਾਈਵਰ ਦੀ ਜਿਹੜੀ, ਦੋ ਜਣੇ ਮਾਰਨ ਲੱਗ ਰਹੀ ਸੀ। ਹਾਂ ਅਸੀਂ ਪਾਣੀ ਪੂਣੀ ਪਿਆ ਜੀ ਛੋਂ 'ਚ ਰੱਖਿਆ ਚੱਕ ਕੇ, ਬਸ ਕਰਕੇ ਘਰਦਿਆਂ ਨੂੰ ਫੋਨ ਕੀਤਾ ਜੀ ਨੰਬਰ ਭਾਲ ਕੇ, ਥੋੜ੍ਹਾ ਟਾਈਮ ਲੱਗ ਗਿਆ ਮਤਲਬ ਟੱਕ ਟੁੱਕ ਹੋ ਰਹੀ ਤੁਸੀਂ ਲੱਤਾਂ ਮਾਹਿਆਂ ਦੀ। ਹੈਗੇ ਤੀ ਪੰਜ ਚਾਰ ਤਾਂ ਹੈਗੇ ਤੀ। ਹਾਂ ਜੀ ਹਾਂ ਗੰਡਾਸੇ ਦੇ ਲੱਤਾਂ ਬਾਹਾਂ ਅਤੇ ਲੱਤਾਂ ਮਤਲਬ ਤੋੜੀਆਂ ਵਰਗੀਆਂ ਸੀ। ਸਾਨੂੰ ਹੁਣੇ ਤਲਾਹ ਮਿਲੀ ਆ ਅੱਧਾ ਘੰਟਾ ਪਹਿਲਾਂ ਕਿ ਮੇਘਗਿਰ ਪੁੱਤਰ ਬਚਨਗਿਰ ਵਾਸੀ ਹਾਮਝੇੜ ਦੀ ਲੜਾਈ ਦੌਰਾਨ ਡੈਥ ਹੋ ਗਈ ਆ, ਅਤੇ ਮੈਂ ਇੱਥੇ ਮੌਕੇ 'ਤੇ ਕਿਰਿਆ ਪਹੁੰਚਿਆ ਵਾਂ। ਮੌਕੇ 'ਤੇ ਆਪਾਂ ਨੂੰ ਗੁਰਦਾਸ ਨਾਂ ਦਾ ਵਿਅਕਤੀ ਮਿਲਿਆ ਵਾ ਜਿਹਨੇ ਮੌਕੇ ਬਾਰੇ ਜਾਣਕਾਰੀ ਦਿੱਤੀ ਆ ਵੀ ਇੱਕ ਕਾਰ ਦੇ ਵਿੱਚ 3 ਵਿਅਕਤੀ ਸੀਗੇ ਜਿਨ੍ਹਾਂ ਦੀ ਮੇਘਗਿਰ ਦੀ ਕੁੱਟਮਾਰ ਕੀਤੀ ਆ, ਉਹਨਾਂ ਦੀ ਡੈਥ ਹੋ ਗਈ ਆ, ਬਾਕੀ ਅਸੀਂ ਅਗਲੀ ਕਾਰਵਾਈ ਵਿੱਚ ਲਿਆ ਰਹੇ ਹਾਂ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।